ਜੁੜਵਾ ਭਰਾ ਬਣ ਕੇ ਆ ਰਹੇ ਹੋ ਤੁਸੀਂ, ਹੈ ਨਾ, ਤਾਂ ਹੀ ਜੁੜਵਾ ਭਰਾ ਦੀ ਜਿਹੜੀ ਲੁਕਸ ਹੈਗੀਆਂ ਨੇ ਉਹ ਐਂਟਰੀ ਹੈਗੀ ਆ। ਉਹ ਤੁਹਾਨੂੰ ਸ਼ੂਟਿੰਗ ਦਾ ਟਾਈਮ ਯਾਦ ਹੈ ਕਿ ਲਾਈਕ ਕਹਿੰਦੇ ਨਾ ਕਿ ਕਿਉਂਕਿ ਜਿੱਦਾਂ ਦਾ ਮਾਹੌਲ ਤੁਹਾਡੇ ਸੈੱਟ 'ਤੇ ਵੈਸੇ ਵੀ ਹੁੰਦਾ ਕਿ ਜਿਹੜਾ ਵੀ ਸਟਾਈਲਿਸ਼ ਬਣ ਕੇ ਆਇਆ ਹੋਏਗਾ ਉਹਦੀ ਤਾਰੀਫ ਘੱਟ ਹੋਏਗੀ, ਉਹਦੀ ਟੰਗ ਚਾਈ ਜ਼ਿਆਦਾ ਹੋਈ ਹੋਏਗੀ। ਜਦ ਤੁਸੀਂ ਉਸ ਲੁੱਕ ਦੇ ਵਿੱਚ ਪਹਿਲੀ ਵਾਰੀ ਸੈੱਟ 'ਤੇ ਵਾਕ ਕੀਤਾ ਤਾਂ ਮੈਨੂੰ ਦੱਸੋ ਕੀ ਮਾਹੌਲ ਸੀਗਾ? ਸਭ ਤੋਂ ਪਹਿਲਾਂ ਜਿਹੜਾ ਸ਼ੋਟ ਹੈਗਾ ਸੀ ਉਹ ਉਹਦੀ ਇੰਟਰੋਡਕਸ਼ਨ ਸੀ ਕੀਪੇ ਦੀ, ਤਾਂ ਉਹ ਪਹਿਲਾਂ ਜੀਪਾਂ ਜੀਆਂ ਆਉਂਦੀਆਂ, ਤਾਂ ਉਹ ਮੈਂ ਹੁਣ ਲੁੱਕ ਰੱਖ ਲਈ ਸੀ, ਸ਼ੇਡਸ ਲਾ ਲਏ ਸੀ, ਹੈ ਨਾ, ਤਾਂ ਉਹ ਚੀਜ਼ ਹੁਣ ਸ਼ੂਟ ਜਦੋਂ ਹੋਈ ਹੁਣ ਆਪਾਂ ਇੱਕ ਲੁੱਕ ਰੱਖ ਲਈ। ਉਸ ਤੋਂ ਬਾਅਦ ਜਦੋਂ ਮੈਂ ਉਹ ਦੇਖਿਆ ਨਾ, ਬਲਜੀਤ ਭਾਈ ਸ਼ੋਟ ਲੈ ਰਹੇ ਸੀ ਤਾਂ ਮੈਂ ਉਹ ਸ਼ੋਟ ਦੇਖਿਆ ਐਂਟਰੀ ਹਾਈ ਸਪੀਡ, ਤਾਂ ਮੈਨੂੰ ਉਦੋਂ ਲੱਗਿਆ ਮੈਂ ਕਿਹਾ ਯਾਰ ਇਹ ਲੁੱਕ ਬਹੁਤ ਘੈਂਟ ਨਿਕਲੇ, ਮਤਲਬ ਮੈਂ ਉਦੋਂ ਐਂ ਚੀਜ਼ ਕੀਤੀ। ਪਹਿਲਾਂ ਮੈਂ ਉਨਾ ਉਵੇਂ ਨਹੀਂ ਸੀ, ਮੈਂ ਕਿਹਾ ਯਾਰ ਪਤਾ ਨਹੀਂ ਕਿਵੇਂ ਲੱਗੂਗੀ ਸਕਰੀਨ 'ਤੇ, ਬਟ ਜਦੋਂ ਮੈਂ ਸਕਰੀਨ 'ਤੇ ਦੇਖਿਆ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਮੈਂ ਹੀ ਨਹੀਂ ਲੱਗਦਾ ਪਿਆ। ਤਾਂ ਮੈਂ ਨਾ ਉਹੀ ਬਿਊਟੀ ਹੈ, ਜਿੱਦਣ ਇਹ ਜਿਹੜੀ ਲੁੱਕ ਸੀ ਉਸ ਦਿਨ ਸੈੱਟ 'ਤੇ ਹੀ ਇਹ ਬਣਾਈ ਸੀ। ਪਹਿਲਾਂ ਮਤਲਬ ਹੋ ਗਿਆ ਸੀ ਲੁੱਕ ਟੈਸਟ ਹੋ ਗਿਆ ਸੀ, ਉਸ ਤੋਂ ਬਾਅਦ ਗੈਪ ਸੀ ਸ਼ੂਟ 'ਚ, ਫਿਰ ਉਹ ਮੇਰੇ ਉਦੋਂ ਦਾੜ੍ਹੀ ਵਧੀ ਹੋਈ ਸੀ ਅਤੇ ਵਾਲ ਕਰ ਲਈ ਸੀ। ਉਹਦੇ 'ਚ ਇੱਕ ਸ਼ੋਟ ਹੈਗਾ ਕਿ ਉਹ ਆਉਂਦਾ ਅਤੇ ਉਹ ਛਿੰਦੇ ਦਾ ਮਤਲਬ ਉਹ ਡੈਡ ਬੋਡੀ, ਮੈਂ ਅਮਰ ਨੂੰ ਕਿਹਾ ਮੈਂ ਕਿਹਾ ਅਮਰ ਆਪਾਂ ਐਂ ਕਰਦੇ ਹਾਂ ਪਹਿਲਾਂ ਸ਼ੋਟ ਲੈ ਲੈਂਦੇ ਹਾਂ ਜਿਹੜਾ ਉਹ ਚੱਕਦਾ ਵੀ ਛਿੰਦਾ ਥੱਲੇ ਪਿਆ ਵੀ ਉਹਦੀ ਗਰਦਨ ਵੀ ਥੋੜ੍ਹਾ ਕਲਰ ਚੇਂਜ ਹੋਇਆ, ਅਤੇ ਉਸ ਤੋਂ ਬਾਅਦ ਮੈਂ ਕਿਹਾ ਆਪਾਂ ਉਹ ਟੇਕ ਕਰਕੇ ਲੁੱਕ ਚੇਂਜ ਕਰਕੇ ਉਹ ਟੇਕ ਲੈ ਲਾਂਗੇ। ਅਮਰ ਕਹਿੰਦਾ ਉਹ ਟਾਈਮ ਲੱਗ ਜੂਗਾ ਵੀ ਆਪਾਂ, ਮੈਂ ਚਾਹੁੰਦਾ ਸੀ ਵੀ ਇੱਕ ਹੀ ਫਰੇਮ ਵਿੱਚ ਇੱਕੋ ਐਕਟਰ ਜਿਹਦੇ ਦੋ ਕਰੈਕਟਰ ਉਹ ਇੱਕ ਫਰੇਮ ਦੇ ਵਿੱਚ ਆ ਰਿਹਾ, ਆਪਣੀ ਗੱਲ ਪਗੌੜਾ ਚਾਹੁੰਦੇ ਸੀ ਬਸ, ਨਹੀਂ ਮੈਂ ਉਹ ਚੀਜ਼ ਚਾਹੁੰਦਾ ਸੀ। ਤਾਂ ਫਿਰ ਉਹ ਜਿਵੇਂ ਉੱਤਰਦਾ ਬਾਈ ਦੇ ਘਰੇ ਉਹ ਛਿੰਦੇ ਤਰ੍ਹਾਂ ਗੱਡੀ ਰੁਕਦੀ ਆ, ਉਹ ਉਵੇਂ ਬਾਹਰ ਕੀਪਾ ਨਿਕਲਦਾ, ਤਾਂ ਉਹ ਬਹੁਤ ਅਮੇਜ਼ਿੰਗ ਡਿਜ਼ਾਈਨ ਹੈਗਾ ਸੀ।